ਟੱਲੀਆਂ ਵਜਾਉਂਦਾ ਜਾਊ, ਬਹਿ ਜਾ ਮੇਰੇ ਸਾਈਕਲ ਤੇ, ਪਉ ਪਉ ਵਜਾਉਂਦਾ ਜਾਊ। ਆ ਜਾਓ ਜੀ ਦੁੱਧ ਪਾ ਲੋ। ਲਓ ਜੀ ਵੇ ਦੋਦੀਆ, ਕਿਹੋ ਜਿਹਾ ਦੁੱਧ ਦੇਣ ਲੱਗ ਗਿਆ? ਦੁੱਧਾ ਵਰਗਾ ਦੁੱਧ ਹੋਰ ਤੋਤੇ ਰੰਗਾ ਹੈ। ਤੇਰਾ ਦੁੱਧ ਜਮਾ ਸੋਹਣਾ ਨਹੀਂ ਹੁੰਦਾ। ਕੋਈ ਨੀ, ਕੱਲ ਨੂੰ ਮੇਕਅਪ ਕਰ ਲਿਓ, ਤੁਹਾਡੇ ਵਾਂਗੂ ਇਹ ਵੀ ਸੋਹਣਾ ਹੋ ਜੂ। ਨਾ ਗੱਲ ਸੁਣ, ਦੁੱਧ ਚ ਪਾਣੀ ਘੱਟ ਪਾਇਆ ਕਰ, ਜਮਾ ਮਲਾਈ ਨਹੀਂ ਆਉਂਦੀ। ਓ ਪਾਣੀ ਵਾਲਾ ਦੁੱਧ ਵੀ ਕਿਆ ਹਾਲ ਹੈ ਤੁਹਾਡਾ, ਜੇ ਮਲਾਈਆਂ ਖਾਣ ਲੱਗ ਗਈ ਕੀ ਹਾਲ ਹੋਊ? ਮੇਨਾ ਫਾਲਤੂ ਗੱਲ ਨਾ ਕਰ, ਦੁੱਧ ਪਾਤਾ ਚੱਲਦਾ ਬਣ। ਓ ਬੀਬਾ ਪੈਸੇ ਦੇ ਦਿਆ ਕਰੋ, ਹਰੇਕ ਬਾਰੀ ਲੰਬਾ ਹੀ ਨਾ ਦਿਆ ਕਰੋ। ਹਾਂ ਮਲਾਈਆਂ ਖਾ ਕੇ ਪਤਾ ਨੀ ਕਿਹੜੀ ਕੁਸ਼ਤੀ ਕਰਨੀ ਇਹਨੇ ਵੱਡੀ। ਕਿਵੇਂ ਨਿੰਮ? ਠੀਕ ਆ। ਮੈਂ ਤਾਂ ਭੌਂਪੂ ਵੀ ਹੌਲੀ ਵਜਾਉਣਾ, ਕਿਤੇ ਤੇਰਾ ਡੈਡੀ ਨਾ ਸੁਣ ਕੇ ਦੁੱਧ ਪਾਉਣ ਆ ਜੇ। ਜ਼ਿਆਦਾ ਗੱਲਾਂ ਨਾ ਕਰ, ਫਟਾਫਟ ਦੁੱਧ ਪਾ, ਕਿਤੇ ਮੇਰਾ ਡੈਡੀ ਆ ਜੇ। ਓ ਕੋਈ ਨਾ, ਪਹਿਲਾਂ ਤੇਰੇ ਦੁੱਧ ਵਰਗੇ ਦਰਸ਼ਨ ਤਾਂ ਕਰ ਲਾਂ। ਮੈਂ ਤਾਂ ਇਸ ਕਰਕੇ ਪੈਸੇ ਵੀ ਨਹੀਂ ਲੈਂਦਾ, ਤੇਰੇ ਦਰਸ਼ਨਾਂ ਵੱਟੀ ਦੁੱਧ ਪਾ ਜਾਂਦਾ। ਜੇ ਤੇਰੀਆਂ ਗੱਲਾਂ ਮੇਰੇ ਡੈਡੀ ਨੇ ਸੁਣ ਲਿਆ ਨਾ, ਤੈਨੂੰ ਭੱਜਣ ਨੂੰ ਥਾਂ ਨਹੀਂ ਮਿਲਣਾ, ਫੇਰ ਤੈਨੂੰ ਕਿਸੇ ਨੇ ਬੇਰਾ ਵੱਟੀ ਨਹੀਂ ਪਛਾਣਨਾ। ਗੱਲ ਸੁਣੋ ਦੋਜੀਆ, ਦੁੱਧ ਪਾਣ ਚ ਇੰਨੀ ਦੇਰ ਕਿਉਂ ਲਾਤੀ? ਓ ਭਾਂਡਾ ਗਿੱਲਾ ਸੀਗਾ ਜੀ, ਉਸ ਘਰ ਆਏ ਸੀ। ਦੁੱਧ ਕਿਹੜਾ ਤੇਰਾ ਸੁੱਕਾ ਹੁੰਦਾ ਹੈ ਜਿਹੜਾ ਭਾਂਡਾ ਸੁਕਾ ਰਿਹਾ ਸੀ ਤੂੰ? ਫਿਰ ਤੁਸੀਂ ਕਹਿਣਾ ਸੀ ਵੀ ਦੁੱਧ ਖਰਾਬ ਹੋ ਗਿਆ ਜੀ। ਕਿਉਂ, ਭਾਂਡਾ ਲੱਸੀ ਨਾਲ ਧੋਇਆ ਹੋਇਆ, ਜਿਹੜਾ ਜਾਗ ਲੱਗ ਜੂ ਦੁੱਧ ਨੂੰ। ਹੈ ਲਿਆ ਕੁੜੀਏ ਫੜਾ ਪਤੀਲਾ, ਚੱਲ ਅੰਦਰ ਤੂੰ। ਚਾਚਾ ਤੇਰੇ ਨੀ ਪਤਾ ਲੱਗਦਾ, ਕਦੇ ਕਹਿਣਾ ਦੁੱਧ ਚ ਪਾਣੀ ਪਾਉਣਾ, ਕਦੇ ਕੁਛ ਕਦੇ ਕੁਛ। ਗੱਲ ਸੁਣ ਮੇਰੀ ਧਿਆਨ ਨਾਲ, ਤੂੰ ਦੁੱਧ ਤੱਕ ਹੀ ਸੀਮਿਤ ਰਿਹਾ ਕਰ, ਨਹੀਂ ਨਾਸਾ ਭਾਂਦੂ ਮੈਂ ਤੇਰੀਆਂ। ਜੇ ਭਾਂਡਿਆਂ ਤੱਕ ਪੁੱਜਿਆ ਤਾਂ, ਨਹੀਂ ਕਿਸੇ ਦਿਨ ਮੈਂ ਭਾਂਡੇ ਚ ਬਾਲ ਕੇ ਰੱਖ ਦੂ ਤੈਨੂੰ। ਉਹ ਚਾਚਾ ਮੈਂ ਤੈਨੂੰ ਦੁੱਧ ਪਾਈ ਜਾਣਾ, ਤੂੰ ਲਾਹਣ ਤੱਕ ਪਾਈ ਜਾਣਾ। ਵੈਸੇ ਵੀ ਜਿਹੜੇ ਬੰਦੇ ਕੋਲੇ ਜੋ ਚੀਜ਼ ਹੁੰਦੀ ਆ ਉਹੀ ਪਾਉਂਦਾ। ਮੈਂ ਪਤੀਲਾ ਮਾਰੂ ਘੁਮਾ ਕੇ ਮੱਥੇ ਤੇ। ਆ ਦੁੱਧ ਨਾ ਡੋਲੋ, ਜੇ ਮੇਰੇ ਕੋਲੇ ਹੋਰ ਹੈ ਵੀ ਨਹੀਂ ਫਿਰ ਮਾਰੂ ਚਾਹ ਹੀ ਪੀਓਗੇ। ਆਹੋ ਇਹ ਕਾਹਨੂੰ ਬਚਾਇਆ? ਉਹੀ ਬਚ ਗਿਆ ਸੀ। ਅਗਲੇ ਮਹੀਨੇ ਲੈ ਲਈ। ਨਹੀਂ ਚਾਚਾ, ਤੁਸੀਂ ਐ ਕਰੋ, ਮੇਰੇ ਵੱਲੋਂ ਨਿੰਮੋ ਨੂੰ ਕੱਪੜੇ ਸਵਾ ਦਿਓ। ਕਿਉਂ, ਤੂੰ ਫੁੱਫੜ ਲੱਗਦਾ ਨਿੰਮੋ ਦਾ ਜਿਹੜਾ ਕੱਪੜੇ ਸਵਾ ਕੇ ਦੇਗਾ? ਰੱਖ ਆਪਣੇ ਪੈਸੇ। ਲੱਗਦਾ ਤੁਹਾਡੇ ਘਰ ਦਾ ਪ੍ਰਾਹੁਣਾ ਹੀ। ਹਾਂ ਕੁਛ ਨੀ ਜੀ, ਤੁਸੀਂ ਰੱਖੋ ਜੀ, ਐ ਕਰਿਓ ਤੁਸੀਂ ਕੁਛ ਖਾ ਪੀ ਲਿਓ ਜੀ ਆਪ। ਉਹ ਗੱਲ ਸੁਣੋ ਏ ਦੋਜੀਆ, ਮੇਰਾ ਨਾਂ ਹੀ ਸਾਧੂ ਹੈ, ਮੈਂ ਊ ਸਾਧੂ ਨਹੀਂ ਹੈ ਜਿਹੜਾ ਮੁਫਤ ਖਾਂਦਾ ਫੇਰਾ। ਆਪਣੇ ਪੈਸੇ ਫੜ ਤੂੰ। ਚਲੋ ਐ ਕਰੋ ਜੀ, ਫਿਰ 101 ਰੁਪਿਆ ਦੇ ਦੋ। ਮੈਂ ਦੁੱਧ ਦੇ ਪੈਸੇ ਦੇਣੇ ਐ, ਕੋਈ ਸ਼ਗਨ ਨਹੀਂ ਪਾਣਾ। ਚਲੋ ਫਿਰ 2 ਮਹੀਨੇ ਠਹਿਰ ਕੇ ਸਹੀ ਪਾਉਂਗੇ ਤਾਂ ਸ਼ਗਨ ਹੀ ਮੈਨੂੰ। ਖਰਚਾ ਤੇਰੀ ਖਰਚਾ ਹੁਣ ਜਾਈ ਨਾ, ਖਰਚਾ ਹੱਥ ਨਹੀਂ ਛੱਡਦਾ। ਤੂੰ ਆਸ਼ਿਕ ਮਾਰੇਗੀ ਫਿਰ ਦੀਆਂ ਖੁੰਬ ਵਾਂਗੂ ਨਿਖਰੀ ਨੀ ਕਹਿਰ ਗੁਜ਼ਾਰੇਗੀ। ਉਹ ਕਿਵੇਂ ਅੱਜ ਕੱਲੀਏ ਗੇੜੀਆਂ ਮਾਰਦੀ ਫਿਰਦੀ ਹੈ? ਤੂੰ ਵੀ ਤਾਂ ਕੱਲਾ ਹੀ ਫਿਰਦਾ, ਲੱਗਦਾ ਦੁੱਧ ਦਾ ਕੰਮ ਛੱਡਤਾ, ਅੱਜ ਤਾਂ ਢੋਲ ਵੀ ਨਹੀਂ ਹੈਗੇ ਤੇਰੇ ਕੋਲੇ। ਓਏ ਯਾਰ, ਹੁਣ ਤਾਂ ਢੱਡੀ ਢੋਲ ਵਰਗੇ ਨੇ ਉਹ, ਨਾਲੇ ਦੋਦੀਆਂ ਨੂੰ ਹੋਰ ਕੰਮ ਨਹੀਂ ਹੋ ਸਕਦਾ ਕੋਈ। ਹੈਂ, ਅੱਜ ਤਾਂ ਮੈਂ ਫੇਰਾ ਪਾਉਣ ਆਇਆ। ਫੇਰੇ ਹੀ ਪਾਈ ਜਾਏਗਾ ਕਿ ਫੇਰੇ ਵੀ ਲਏਗਾ? ਓਏ ਲੈ ਲਾਂਗੇ ਫੇਰੇ ਵੀ, ਜਿਹੜਾ ਇਹ ਚੋਰੀ ਛੁਪੇ ਮਿਲਣ ਦਾ ਸਵਾਦ ਆ ਨਾ ਉਹ ਵੱਖਰਾ ਹੀ ਹੁੰਦਾ। ਪਰ ਕਦੋਂ ਤੱਕ ਮਿਲਦੇ ਰਵਾਂਗੇ? ਤੂੰ ਬਸ ਕੁਛ ਕਰ। ਕਰਨ ਨੂੰ ਹੁਣ ਗਿੱਟੇ ਤੇ ਖੁਰਕ ਕਰ ਲਾਂ ਮੈਂ? ਤੈਨੂੰ ਮਜ਼ਾਕ ਸੁਝਦੇ ਹੈ? ਜਦੋਂ ਮੇਰੇ ਡੈਡੀ ਨੇ ਮੈਨੂੰ ਕਿਤੇ ਹੋਰ ਵਿਆਹ ਕੇ ਤੋਰਤਾ ਨਾ, ਫਿਰ ਕੰਧਾਂ 'ਚ ਸਿਰ ਦੇ ਕੇ ਰੋਏਗਾ। ਮੇਰੇ ਡੈਡੀ ਨਾਲ ਛੇਤੀ ਛੇਤੀ ਗੱਲ ਕਰ ਬਸ। ਮੈਨੂੰ ਲੱਗਦਾ ਤੂੰ ਖੁਰਕ ਕਹਦੀ, ਆਪਦੇ ਡੈਡੀ ਤੋਂ ਗਿੱਟੇ ਸ਼ਿੰਗਾਏਗੀ ਮੇਰੇ। ਚਲੋ ਕੋਈ ਨਹੀਂ, ਇਹ ਵੀ ਕੌੜਾ ਕੁੱਟ ਭਰਨਾ ਹੀ ਪਊ। ਠੀਕ ਹੈ ਚੰਗਾ, ਹੁਣ ਪਿੱਛੇ ਚਲਾ ਕੇ ਜਾਊਂਗਾ ਮੈਂ। ਫਿਰ ਦੀਆਂ ਖੁੰਬ ਵਾਂਗੂ ਨਿਖਰੀ ਨੀ ਕਹਿ ਗੁਜ਼ਾਰੇਂਗੀ। ਓ ਕਿਵੇਂ ਨਿੰਮੋ ਰਾਣੀਏ, ਅੱਜ ਤਾਂ ਬੜੀ ਦੁੱਧ ਵਾਂਗੂ ਨਿਖਰੀ ਫਿਰਦੀਆਂ ਹੈ। ਵੇ ਦੋਜੀ ਆ, ਕਦੇ ਤਾਂ ਦੁੱਧ ਤੋਂ ਬਾਹਰ ਆ, ਕਦੇ ਮੇਰਾ ਡੈਡੀ ਤੈਨੂੰ ਦੁੱਧ 'ਚ ਪਾ ਕੇ ਰਿੜਕ ਦੂ। ਫੇਰ ਕੀ ਹੋ ਗਿਆ, ਮੱਖਣ ਨਿਕਲੇ ਉਸ ਅਗਾਂ ਖਾ ਲਿਆ ਕਰੀ, ਅੰਦਰ ਹੀ ਬੋਲੂ ਤੇਰੇ। ਇੱਧਰ ਨੇੜੇ ਤਾਂ ਹੋ ਜਾ, ਦੋ ਪਿਆਰ ਦੀਆਂ ਗੱਲਾਂ ਤਾਂ ਕਰ ਲੈ ਮੇਰੇ ਨਾਲ। ਪਿਆਰ ਦੀਆਂ ਗੱਲਾਂ ਕਰਨ ਨੂੰ ਤਾਂ ਮੇਰਾ ਵੀ ਬਹੁਤ ਜੀ ਕਰਦਾ, ਪਰ ਹੁਣ ਤੂੰ ਜਾ। ਕਿਉਂ? 11 ਵਜ ਗਏ, ਮੇਰੇ ਡੈਡੀ ਆਉਣ ਵਾਲੇ ਨੇ। ਤੇਰਾ ਡੈਡੀ ਹੈ ਕਿ ਮਿੰਨੀ ਬੱਸ ਜਿਹੜਾ ਟਾਈਮ ਤੇ ਆਉਂਦਾ? ਮਿੰਨੀ ਬੱਸ ਦਾ ਤਾਂ ਮੈਨੂੰ ਪਤਾ ਨਹੀਂ, ਜੇ ਮੇਰੇ ਡੈਡੀ ਨੇ ਤੇਰੇ ਕੰਨ ਤੇ ਵਜਾਈਆਂ ਨਾ, ਤੇਰੀ ਬੱਸ ਹੋ ਜੂ। ਜਾ ਲੈ। ਸਤਿ ਸ੍ਰੀ ਅਕਾਲ ਜੀ, ਪੈਰੀ ਪੈਣਾ ਜੀ। ਲੱਗਦਾ ਪੈਰੀ ਪੈਂਦੇ ਦਾ, ਤੈਨੂੰ ਕਿੰਨੀ ਵਾਰ ਸਮਝਾਇਆ ਬਈ ਤੂੰ ਬਾਹਰ ਹੀ ਰਿਹਾ ਕਰ ਦਰਵਾਜ਼ੇ ਤੋਂ, ਅੰਦਰ ਨਾ ਵੜਿਆ ਕਰ, ਨਾ ਇਸ ਵੇਲੇ ਦੁੱਧ ਪਾਉਣ ਦਾ ਟਾਈਮ ਹੈ। ਅੱਜ ਦੁੱਧ ਪਾਉਣ ਨਹੀਂ ਆਇਆ ਜੀ, ਅੱਜ ਤਾਂ ਰਿਸ਼ਤੇਦਾਰੀ ਪਾਉਣ ਆਇਆ ਜੀ। ਹਾਂਜੀ
आजा फिर, मैंने पक्का पता सी भाई मेरा अड़िया गड्ढा तू ही कड्डेगा। मैं तो गुड्डी भी कड्डन नु फिरदा जी। हां हां जी, कुछ नहीं जी। अच्छा दस, ओ जेड़ी कुड़ी तू मेरे वास्ते देख रहे हो फिट है? मैं थोड़ी नहीं जी, अपने रिश्ते दी गल करना है। अपने रिश्ते दी गल करना है तो अपने घर कर, इत्थे की करना गया तू? नहीं जी, मैं अपने वल्लों थोड़े रिश्ते दी गल करना है जी। अच्छा अच्छा, एक गल तो दस मखना। हां जी, कुड़ी दी उम्र की है? 38 जी। मैं उम्र पूछी है, कमर नहीं पूछी? उम्र तो 38 है जी, कमर 48 है। पार किन्ना कुड़ी दा? तुसी तोल के रिश्ता कर दे जी। नहीं, ए भी तो देखना हुंदा भाई, मेरी साइकिल चलेगी हो तो पार के नहीं। कोई ना जी, एक जना चढ़ जा करो जी। अच्छा अच्छा, एक गल दस। हाँ जी। कुड़ी ब्याही तो नहीं हुई पहला? ना जी, कित्थे। बस दो तीन बारी भज्जी है किसी दे नाल। फिर मुड़ी किवें? बाजी जिहड़ा लैके जांदा सी उही हाथ जोड़ के छड्ड जांदा सीगा। फिर मेरे वालों भी हाथ जोड़े देख ले, तू हुण इत्थों निकल जा, मेरी तो सारी उम्र छड छदाई दे विच ही निकल जाऊंगी। हां, जे कोई चज दा रिश्ता मिलिया तां ही इत्थे, नहीं चल दफा हो इत्थों। पसंद नहीं आई जी? पसंद? मैं मारू जुतियां तेरे। देख के भुख लैंदी है। आहो। ओ सत श्री अकाल चाचा। सत श्री अकाल जी। की गल, किथे दी तैयारी, किधर नु चले? मैं किधर जाना है? तुसी चलो, तू की देखदा बिटर बिटर, तू भी चल सालिया। ओ चाचा कमाल है, तू तो जानी जाना है, तैनू किवें पता लग गया तेरा साला? हाँ। और यही तो तेनू अज देखना है अपनी भैन वास्ते। सच्ची? हाँ। फिर देख दे की, बैठो। बैठ दे। ओए इत्थे क्यों बह गया पतंदरा? मैं तेनू बैठ नू कहा, जंगल पानी जान नू नहीं कहा, इत्थे बैठ। इधर आ जा। अच्छा जी। निमो, चाह पानी ले आई? हाँ जी डैडी जी। सत श्री अकाल जी। सत श्री अकाल जी। ये ऐदा क्यों झांकता है? जदों किसी झोटे नू देख लेंदा जी, बस ऐ हटियां रह जांदियां जी इहदियां। ऐदा मतलब मैं झोटा है? नहीं जी, दरअसल इह बचपन दे विच सी जदों इहदे मगर झोटा पै गया सीगा जी। ਇਹਦੀਆਂ ਡਰ ਨਾਲ ਅੱਖਾਂ ਅਹੀਂ ਅੱਡੀਆਂ ਰਹਿ ਗਈਆਂ ਜੀ, ਬਸ ਇੱਥੇ ਐਡਜਸਟ ਹੋ ਗਈਆਂ। ਇਹਦੀ ਭੈਣ ਦੀ ਮਗਰ ਤਾਂ ਨਹੀਂ ਕੋਈ ਡੰਗਰ ਪਛਾ ਪਿਆ? ਕਿਤੇ ਉਹਦੀਆਂ ਵੀ ਅੱਖਾਂ ਐਂ ਹੋਣ? ਨਹੀਂ ਜੀ ਨਹੀਂ, ਉਹ ਤਾਂ ਠੀਕ ਹੈ ਜੀ। ਸਿਆਣਿਆਂ ਨੇ ਕਿਹਾ, ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਰੱਬ ਦਾ ਨਾਂ ਜ਼ਰੂਰੀ ਹੈ। ਇਹ ਕਿਹਨੇ ਕਹਿਤਾ ਜੀ? ਤੁਹਾਡੇ ਘਰ ਚ ਲੱਗਦਾ ਤਾਂ ਹੈ ਨੀ ਸਿਆਣਾ ਕੋਈ। ਮੈਂ ਬਿਨਾਂ ਸਿਆਣਿਆਂ ਤੋਂ ਹੋ ਗਿਆ, ਮੇਰੀ ਬੇਬੇ ਕਹਿੰਦੀ ਹੁੰਦੀ ਸੀ। ਅੱਛਾ। ਹਾਂਜੀ, ਰੱਬ ਦਾ ਨਾਂ ਲੈਂਦੇ ਆ। ਚਲੋ ਲਓ ਜੀ ਫਿਰ। ਹਾਂਜੀ, ਰੱਬ ਦਾ ਨਾਂ ਲੈਂਦੇ ਆ। ਚਲੋ ਤੁਸੀਂ ਤਾਂ ਰੱਬ ਦਾ ਨਾਂ ਲਓ। ਲੈ ਲਿਆ ਜੀ। ਮੈਂ ਸੋਚਿਆ ਸੀ ਤੁਸੀਂ ਸ਼ੁਰੂ ਕਰੋਗੇ। ਹਾਂਜੀ, ਮੈਂ ਤਾਂ ਲੈ ਲਿਆ ਸੀ। ਚਲੋ ਫਿਰ, ਮੇਰਾ ਵੀ ਹੋ ਗਿਆ। ਹਾਂਜੀ, ਚੱਲ ਬੂਟੇ ਤੂੰ, ਮੈਂ ਆਉਣਾ। ਆ ਹੋਰ ਲੈ ਚੱਕ, ਇਹ ਕਿਹੜਾ ਹਜਮ ਹੋਣਾ ਕਿਸੇ ਦੇ। ਧੀਏ ਤੂੰ ਵੀ ਚੱਲ। ਚਲੋ ਜੀ ਫਿਰ, ਤਾਂ ਮੈਂ ਵੀ ਚੱਲਦਾ। ਇੱਕ ਮਿੰਟ ਇੱਕ ਮਿੰਟ, ਇਹ ਆ ਫੜੋ। ਇਹ ਸ਼ਗਨ ਦੇ ਰਹੇ ਚਾਚਾ? ਪਹਿਲਾਂ ਤਾਂ ਕਦੇ ਮੰਗੇ ਤੋਂ ਵੀ ਨਹੀਂ ਦਿੰਦਾ। ਇਹ ਸ਼ਗਨ ਨਹੀਂ, ਡਾਕਟਰ ਦੀ ਫੀਸ ਹੈ, ਮੁੰਡੇ ਦਾ ਇਲਾਜ ਕਰਾਓ। ਜੇ ਤਾਂ ਇਹਦੀਆਂ ਅੱਖਾਂ ਠੀਕ ਹੋ ਜਾਣ ਤਾਂ ਠੀਕ ਹੈ, ਨਹੀਂ ਕਢਾਈ ਛੱਡ। ਐਂ ਘੂਰਦਾ ਮੇਰੇ ਅੰਨੀ ਬਈ, ਜਿਵੇਂ ਮੈਂ ਇਹਦੀ ਭੈਣ ਨਾਲ ਵਿਆਹ ਨਹੀਂ ਕਰਾਉਣਾ, ਉਹਨੂੰ ਕੱਟ ਕੇ ਲਿਜਾਣਾ। ਠੀਕ ਹੈ ਜੀ, ਕਰਾ ਲਿਓ ਇਲਾਜ। ਹਾਂ ਜੀ, ਬਸ ਸਿੱਧਾ ਹਸਪਤਾਲ ਹੀ ਲੈ ਕੇ ਜਾਊਂਗਾ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਜੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇਹ ਕਿਹਨੂੰ ਚੱਕ ਲਿਆ ਅੱਜ? ਇਹ ਡਾਕਟਰ ਸਾਹਿਬ ਹੈ ਜੀ। ਕਿਉਂ,
ਡਾਕਟਰ ਨੇ ਮੇਰੀ ਸਾਈਕਲ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਣੀਆਂ ਨਾਲੇ ਇਹ ਕਾਹਦਾ ਡਾਕਟਰ ਹੈ ਉਹ ਇਹਨੂੰ ਕਹਿ ਇਹ ਗਲੂਕੋਸ ਲਵਾਵੇ ਮਾੜਾ ਮੋਟਾ ਰੰਗ ਨਿਖਰੇ ਇਹਦਾ ਨਹੀਂ ਜੀ ਡਾਕਟਰ ਸਾਹਿਬ ਨੇ ਤੁਹਾਡੇ ਰਿਸ਼ਤੇ ਬਾਰੇ ਗੱਲ ਕਰਨੀ ਹੈ ਜੀ ਮੇਰੇ ਰਿਸ਼ਤੇ ਬਾਰੇ ਹਾਂਜੀ ਹੈ ਸੱਚੀ ਆਜੋ ਫਿਰ ਬਹਿ ਜਾਓ ਫਿਰ ਤਾਂ ਪੜ੍ਹੇ ਲਿਖੇ ਖਾਨਦਾਨ ਦੀ ਕੁੜੀ ਹੈ ਬੈਠੋ ਡਾਕਟਰ ਸਾਹਿਬ ਬੈਠੋ ਇੱਕ ਗੱਲ ਤਾਂ ਦੱਸੋ ਡਾਕਟਰ ਸਾਹਿਬ ਖਾਨਦਾਨ ਕਿਹੋ ਜਿਹਾ ਹੈ ਉਹਨਾਂ ਦਾ ਬਹੁਤ ਚੰਗੀ ਨਸਲ ਦੀ ਹੈ ਜੀ ਮਤਲਬ ਚੰਗੇ ਘਰੋਂ ਹੈ ਜੀ ਖਾਂਦੇ ਪੀਂਦੇ ਘਰ ਦੀ ਹੈ ਇਹ ਤਾਂ ਬਹੁਤ ਵਧੀਆ ਗੱਲ ਹੈ ਹਾਂਜੀ ਰੰਗ ਕਿਹੋ ਜਿਹਾ ਹੈ ਭੂਰੇ ਰੰਗ ਦੀ ਹੈ ਜੀ ਭੂਰੇ ਅੱਛਾ ਫਿਰ ਤਾਂ ਬੇਮਾ ਵਰਗੀ ਲੱਗਦੀ ਹੋਣੀ ਹੈ ਹਾਂਜੀ ਅੰਗਰੇਜ਼ੀ ਵੀ ਬੋਲਦੀ ਹੈ ਅੰਗਰੇਜ਼ੀ ਚਲੋ ਮਾੜਾ ਮੋਟਾ ਤਾਂ ਮੈਂ ਵੀ ਸਮਝ ਜਾਂਦਾ ਹਾਂ ਅੰਗਰੇਜ਼ੀ ਇੱਕ ਗੱਲ ਤਾਂ ਦੱਸੋ ਡਾਕਟਰ ਸਾਹਿਬ ਸੁਭਾਅ ਕਿਹੋ ਜਿਹਾ ਹੈ ਉਹਨਾਂ ਦਾ ਬਸ ਸਿੰਘਾਂ ਦੇ ਚੱਕ ਲੈਂਦੀ ਹੈ ਜੀ ਮਤਲਬ ਓਪਰੇ ਬੰਦੇ ਨੂੰ ਨਿੱਕਰੇ ਵੜ ਦਿੰਦੀ ਜੀ ਚਾਰੇ ਪੈਰ ਚੱਕ ਕੇ ਪੈ ਜਾਂਦੇ ਵੀ ਤੂੰ ਫੜਿਆ ਕਿਵੇਂ ਇੱਥੇ ਹਾਂਜੀ ਓਪਰਾ ਕੋਈ ਵੀ ਬੰਦਾ ਹੋਵੇ ਮੈਨੂੰ ਇਹੀ ਚੀਜ਼ ਚਾਹੀਦੀ ਹੈ ਮੇਰਾ ਨਾ ਸਵਾਦ ਥੋੜਾ ਠੰਡਾ ਮਿੱਠਾ ਜਾਏ ਸਾਰੇ ਪਿੰਡ ਦੇ ਮੁੰਡੇ ਮੇਰਾ ਮਜ਼ਾਕ ਉਡਾਉਂਦੇ ਆ ਇੱਕ ਗੱਲ ਤਾਂ ਦੱਸਿਓ ਡਾਕਟਰ ਸਾਹਿਬ ਉਮਰ ਕਿਹੀ ਜੀ ਹੈ ਉਹਨਾਂ ਦੀ ਬਸ ਉਮਰ ਕਿਹੜੀ ਹੈ ਜੀ ਪਹਿਲੇ ਸੂਏ ਤਾਂ ਹੈ ਬਸ ਉਹ ਜਿਹੜਾ ਪਹਿਲਾਂ ਹੀ ਸੂਆ ਲੱਗਦਾ ਹੁੰਦਾ ਜੀ ਇੱਥੇ ਬਚਪਨ ਦੇ ਵਿੱਚ ਲੋਦੇ ਵਾਲਾ ਉਹੀ ਲੱਗਿਆ ਜੀ ਮੁੜ ਕੇ ਮਾਂ ਦੀ ਤੀ ਬਿਮਾਰ ਹੀ ਨਹੀਂ ਹੋਈ ਜਮਾ ਮੇਰੇ ਤੇ ਗਈ ਹੈ ਮੇਰੇ ਵੀ ਬਸ ਇੱਕੋ ਸੂਆ ਲੱਗਿਆ ਸੀਗਾ ਇੱਥੇ ਮੈਂ ਵੀ ਮੁੜ ਕੇ ਕਦੇ ਬਿਮਾਰ ਨਹੀਂ ਪਿਆ ਹਾਂਜੀ ਤੁਹਾਡੇ ਤਾਂ ਬੋਰੀਆਂ ਸਿਆਉਣ ਵਾਲਾ ਲੱਗਿਆ ਸੀ ਨਾ ਡਾਕਟਰ ਸਾਹਿਬ ਨੈਣ ਨਕਸ਼ ਕਿਹੇ ਜੇ ਹੈ ਉਹਨਾਂ ਦੇ ਐਡੀ ਮੋਟੀ ਅੱਖ ਆ ਜੀ ਅੱਖ ਛੋਟੀ ਕਰ ਲੈ ਐਡੀ ਹੈ ਜੀ ਐਡੀ ਅੱਖ ਤਾਂ ਮੱਝ ਦੀ ਹੁੰਦੀ ਹੈ ਤੇ ਅਸੀਂ ਮੱਝ ਦੀ ਗੱਲ ਹੀ ਕਰਦੇ ਹਾਂ ਜੀ ਖੜ ਜਾ ਤੇਰੀ ਹੁਣ ਅਸੀਂ ਡੰਗਰਾਂ ਜੋਗੇ ਰਹਿ ਗਏ ਚਾਚਾ ਘਰ ਹੀ ਹੈ ਨਹੀਂ ਬਠਿੰਡੇ ਗਿਆ ਹੋਇਆ ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਇੱਥੇ ਨਾ ਬੜਿਆ ਕਰ ਹੁਣ ਕਿਹਨੂੰ ਚੱਕ ਲਿਆ ਆਪਣੇ ਨਾਲ ਦਫਾ ਹੋ ਇੱਥੋਂ ਇਹ ਤਾਂ ਫੌਜੀ ਹੈ ਜੀ ਫੌਜੀ ਇਹ ਤਾਂ ਰਮ ਦੇਣਾ ਆਇਆ ਮੈਨੂੰ ਨਹੀਂ ਜੀ ਰਿਸ਼ਤਾ ਲੈ ਕੇ ਆਇਆ ਜੀ ਰਿਸ਼ਤਾ ਹਾਂਜੀ ਆ ਜਾ ਇੱਥੇ ਬਹਿ ਜਾ ਇਹਦੀ ਭੂਆ ਹੈ ਜੀ ਪਹਿਲਾਂ ਤੂੰ ਉਹ ਡੰਗਰ ਡਾਕਟਰ ਚੱਕ ਲਿਆ ਸੀ ਜਿਹੜਾ ਮੱਝ ਦਾ ਰਿਸ਼ਤਾ ਲਿਆਇਆ ਸੀ ਹੁਣ ਇਹ ਫੌਜੀ ਲਿਆ ਇਹ ਤੋਪ ਦਾ ਰਿਸ਼ਤਾ ਕਰੂਗਾ ਮੇਰੇ ਨਾਲ ਨਹੀਂ ਜੀ ਤਾਂ ਆਪਦੀ ਸਗੀ ਭੂਆ ਦਾ ਕਰਾਊਗਾ ਜੀ ਓਏ ਜਦੋਂ ਭੂਆ ਵੱਡੀ ਉਮਰ ਦੀ ਹੋ ਗਈ ਹੁਣ ਮੇਰੇ ਕਲਮਣ ਨੂੰ ਫਿਰਦੇ ਆ ਇਹ ਤੁਸੀਂ ਵੀ ਤਾਂ ਸੁੱਖ ਨਾਲ ਵੱਡੀ ਉਮਰ ਦੇ ਹੋ ਜੀ ਤੁਸੀਂ ਕਿਹੜਾ ਚੁੰਗਣੀ ਪਾਈ ਹੈ ਮੂੰਹ 'ਚ ਇਹ ਤਾਂ ਇਹਨਾਂ ਦੇ ਛੋਟੇ ਹੁੰਦਿਆਂ ਦੇ ਮਾਂ ਪਿਓ ਦੀ ਡੈਥ ਹੋ ਗਈ ਸੀ ਤੇ ਭੂਆ ਨਹੀਂ ਪਾਲਿਆ ਜੀ ਇਹ ਹੁਣ ਕਹਿੰਦੇ ਅਸੀਂ ਜਵਾਨ ਹੋ ਗਏ ਭੂਆ ਦਾ ਵੀ ਵਿਆਹ ਕਰ ਦਈਏ ਹਾਂਜੀ ਫੌਜੀ ਸਾਹਿਬ ਜਵਾਨ ਸਟੈਂਡ ਅਪ ਖੜੇ ਹੋਣ ਨੂੰ ਕਹਿ ਰਿਹਾ ਜੀ ਕਿਉਂ ਕੱਦ ਨਾਪਣਾ ਹੈ ਮੇਰਾ 5 ਫੁੱਟ 10 ਇੰਚ ਕੱਦ ਹੈ ਜੀ 85 ਕਿਲੋ ਭਾਰ ਹੈ ਜਵਾਨ ਛਾਤੀ ਚੌੜੀ ਕਰ ਬਈ ਜਿੰਨੀ ਕੁ ਰੱਬ ਨੇ ਦਿੱਤੀ ਹੈ ਉਨੀ ਤਾਂ ਚੌੜੀ ਕੀਤੀ ਹੈ ਹੋਰ ਉੱਤੋਂ ਮੈਂ ਟਰੈਕਟਰ ਲੰਘਾ ਲਾ ਜਵਾਨ ਸਾਵਧਾਨ ਐਸ ਦੋਜੀ ਤੋਂ ਤਾਂ ਅਸੀਂ ਹਮੇਸ਼ਾ ਹੀ ਸਾਵਧਾਨ ਰਹੀਦਾ ਹੈ ਜੀ ਸਾਨੂੰ ਰਿਸ਼ਤਾ ਮਨਜ਼ੂਰ ਹੈ ਫੁੱਫੜ ਜੀ ਅੱਛਾ ਧੀਏ ਚਾਹ ਲੈ ਕੇ ਆ ਚਾਚਾ ਕੁੜੀਆਂ ਨੂੰ ਬਗਾਨੇ ਬੰਦਿਆਂ ਦੇ ਮੂਹਰੇ ਬੁਲਾਉਂਦੇ ਚੰਗੇ ਲੱਗਦੇ ਮੈਂ ਲੈ ਕੇ ਆਉਣਾ ਫਿਰ ਐ ਕਰੀ ਹਾਂਜੀ ਚਾਹ ਦੇ ਨਾਲ ਨਾ ਮਾੜਾ ਮੋਟਾ ਮਿੱਠਾ ਵੀ ਲੈ ਆਈ ਠੀਕ ਹੈ ਡੰਗਰਾਂ ਨਾਲ ਰਹਿ ਕੇ ਤੂੰ ਵੀ ਸਿਆਣਾ ਹੋ ਗਿਆ ਹੁਣ ਬਸ ਇਹੀ ਤਾਂ ਫਾਇਦਾ ਜੀ ਤੁਹਾਡੇ ਨਾਲ ਰਹਿਣ ਦਾ ਕਿਵੇਂ ਆ ਨਿੰਮੀਏ ਕਿਹੜੀਆਂ ਸੋਚਾਂ ਚ ਫਿਰਦੀ ਹੈ ਓਏ ਉਧਰ ਦੀ ਆ ਜਾ ਹਮੇਸ਼ਾ ਪਾਕਿਸਤਾਨ ਵਾਲੇ ਪਾਸੇ ਮਿਲਦੀ ਹੈ ਮੈਨੂੰ ਮੈਂ ਠੀਕ ਹਾਂ ਨੇੜੇ ਤਾਂ ਹੋ ਜਾ ਯਾਰ ਤੇਰਾ ਬਾਪੂ ਕਹਿ ਜਾ ਮੈਨੂੰ ਗਦੀ ਗੇਟ ਚ ਪਾਰਖਿਆ ਨੇ ਤਾਂ ਦੇਖ ਗਦੀ ਗੇਟ ਦਾ ਤਾਂ ਮੈਨੂੰ ਪਤਾ ਨਹੀਂ ਤੂੰ ਫਟਾਫਟ ਮੇਰੇ ਡੈਡੀ ਨੂੰ ਮਨਾ ਲਾ ਕਿਤੇ ਮੇਰੀ ਵਿਆਹ ਦੀ ਉਮਰ ਲੰਘ ਜੇ ਉਹ ਮੇਰੀ ਕਿਹੜਾ ਖੜੀ ਹੈ ਮੇਰੀ ਵੀ ਤਾਂ ਲੰਘ ਹੀ ਰਹੀ ਹੈ ਸੁੱਖ ਨਾਲ ਤੇਰੇ ਨਾਲ ਚਾਰ ਕਦਮ ਮੂਹਰੀ ਚੱਲ ਰਹੀ ਹੈ ਚੱਲ ਛੱਡ ਕਿਉਂ ਪਾਥੀ ਵਰਗਾ ਮੂੰਹ ਕੀਤਾ ਮੈਂ ਤਾਂ ਮਜ਼ਾਕ ਕਰਦੀ ਸੀ ਜਿਹੜਾ ਟਾਈਮ ਮਿਲਦਾ ਉਹ ਤੂੰ ਮਜ਼ਾਕ ਚ ਲੰਘਾ ਦਿੰਨੀ ਹੈ ਘੱਟ ਤੋਂ ਘੱਟ ਇਸ ਟਾਈਮ ਤਾਂ ਪਿਆਰ ਦੀਆਂ ਗੱਲਾਂ ਕਰ ਲਿਆ ਕਰ ਦੋ
मार फिर कोई कद्दू च तीर, अपना व्याह हो जाए छेती छेती। वो जे मेरे बस होवे कद्दू च तां की, मैं तां तेरे बापू दे ढिड च भी मारा। ਉਹ ਲੋਕਾਂ ਦੇ ਪਿਓ ਹੁੰਦੇ ਉਹਨਾਂ ਨੂੰ ਫਿਕਰ ਹੁੰਦਾ ਆਪਦੀ ਧੀ ਦੀ ਡੋਲੀ ਤੋੜਨ ਦਾ, ਉਧਰੋਂ ਤੇਰੇ ਵਾਲਾ ਬਾਪੂ ਹੈ ਉਹ ਆਪਦਾ ਡੋਲਾ ਲਿਆਉਣ ਨੂੰ ਫਿਰਦਾ। ਚਾਹ ਧੁੱਪੇ ਬਣ ਰਹੀ ਹੈ, ਉਹ ਬਣ ਤਾਂ ਬਹੁਤ ਕੁਛ ਜਾਣਾ ਸੀ ਜੇ ਤੂੰ ਵੱਧ ਨਾ ਲੱਗਿਆ ਹੋਵੇ। ਜਾਵਾ ਜਾ ਜਾ ਖੜ ਜਾ, ਹੱਥ ਤਾਂ ਲਾ ਕੇ ਦੇਖ ਲੈਣ ਦੇ। ਠੀਕ ਹੈ ਚਲੋ ਭਾਈ ਸਾਹਿਬ ਚੱਲੀਏ। ਕੀ ਗੱਲ, ਚਾਹ ਨਹੀਂ ਬਣੀ? ਨਹੀਂ ਜੀ, ਸਲਾਈ ਬਣ ਗਈ ਸੀ ਜੀ। ਕਾਹਤੇ ਵੀ ਇਹ ਚਾਹ ਤਾਂ ਪੀਂਦੇ ਨੀ ਜੀ, ਰਾਮੀ ਪੀਂਦੇ ਆ। ਅੱਛਾ ਅੱਛਾ ਅੱਛਾ, ਰਿਸ਼ਤਾ ਪੱਕਾ ਸਮਝਾ? ਲੈ ਫੁੱਫੜ ਦਾ ਕਹਿਤਾ ਜੀ ਮੁੰਡੇ ਨੇ ਤੁਹਾਨੂੰ, ਹੋਰ ਹੁਣ ਰਿਸ਼ਤਾ ਸਿਮੈਂਟ ਨਾਲ ਪੱਕਾ ਕਰਨਾ। ਤੁਸੀਂ ਐਂ ਕਰੋ, 2000 ਰੁਪਇਆ ਕੱਢੋ ਜੀ। ਕਾਹਦੇ ਵਾਸਤੇ? ਇਹਨੂੰ ਰੰਮ ਦੀ ਬੋਤਲ ਨਹੀਂ ਪਿਉਣੀ? ਇਹ ਬੋਤਲ ਹੀ ਲੈ ਕੇ ਦੇਣੀ ਹੈ ਕਿ ਪੂਰੀ ਪੇਟੀ ਲੈ ਕੇ ਦੇਣੀ ਹੈ? ਨਾਲ ਮੁਰਗਾ ਵੀ ਜੀ, ਗਿਣ ਕੇ ਰੱਖ ਦਿਓ ਜੀ। ਹਾਂ ਜਵਾਨ ਪਿੱਛੇ ਮੁੜੇਂਗੇ ਪਿੱਛੇ ਮੁੜ। ਤੂੰ ਨਹੀਂ ਮੁੜਿਆ ਪਿੱਛੇ? ਨਹੀਂ ਕੱਲੇ ਜਵਾਨ ਨਹੀਂ ਕਹੇ ਨਾ ਜੀ। ਦਾਏ ਸੇ ਤੇਜ ਚਲੇਂਗੇ ਤੇਜ ਚਲ। ਆਓ ਜੀ ਆਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੈਠੋ ਆ ਜਾਓ। ਹਾਂਜੀ ਬੈਠੋ ਜੀ, ਤੁਸੀਂ ਬੈਠੋ ਜੀ, ਬੈਠੋ। ਓਏ ਪਤੰਦਰਾ, ਤੂੰ ਇਹਨੂੰ ਐਹੀ ਕਿਉਂ ਲਿਆ? ਲੋਕੀ ਕੀ ਕਹਿਣਗੇ ਬਈ ਸਾਧੂ ਕੁੜੀ ਭਜਾ ਕੇ ਲਿਆ ਕਰੇ? ਤੁਸੀਂ ਲੋਕਾਂ ਦਾ ਫਿਕਰ ਨਾ ਕਰੋ ਜੀ, ਲੋਕਾਂ ਨੂੰ ਸਭ ਪਤਾ ਜੀ ਵੀ ਤੁਹਾਡੇ ਤੋਂ ਤੁਰਿਆ ਤਾਂ ਜਾਂਦਾ ਨਹੀਂ, ਭਜਾ ਕੇ ਕਿੱਥੇ ਲੈ ਕੇ ਆਉਂਗੇ। ਨਾਲੇ ਇਹ ਭੂਆ ਨਹੀਂ ਹੈਗੀ ਜੀ, ਮੁੰਡੇ ਦੀ ਮਾਸੀ ਹੈ ਜੀ। ਭੂਆ ਵਾਸਤੇ ਆਹ ਘਰ ਬਾਰ ਦੇਖਣ ਆਇਆ ਜੀ ਆਪਣਾ। ਅੱਛਾ 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 ਅੱਛਾ। ਹਾਂਜੀ ਦੇਖੋ ਜੀ, ਗੱਲਬਾਤ ਕੀ ਦੱਸਾਂ ਤੁਹਾਨੂੰ, ਊਂ ਤਾਂ ਰੱਬ ਦਾ ਦਿੱਤਾ ਸਭ ਕੁਛ ਹੈ ਸਾਡੇ ਕੋਲ। ਇਹ ਸਾਡਾ ਛੋਟਾ ਜਿਹਾ ਪਰਿਵਾਰ ਹੈ, ਇੱਕ ਮੇਰੀ ਭਤੀਜੀ ਹੈ, ਇੱਕ ਮੈਂ, ਕੋਈ ਵੱਡੀ ਕਬੀਲਦਾਰੀ ਨਹੀਂ ਹੈ। ਮੈਂ ਕਿਹਾ ਜੀ, ਕੁੜੀ ਦੇ ਮਾਂ ਪਿਓ ਕਿੱਥੇ ਸੁੱਖ ਨਾਲ ਦਿਖਦੇ ਨਹੀਂ। ਇਹ ਕਿਹੜੀ ਗੱਲ ਪੁੱਛ ਲਈ ਤੁਸੀਂ? ਦੇਖੋ ਸਾਡੀ ਨਿੰਮੋ 4 ਸਾਲਾਂ ਦੀ ਸੀਗੀ ਜਦੋਂ ਇੱਕ ਸੜਕ ਹਾਦਸੇ 'ਚ ਮੇਰਾ ਭਾਈ ਅਤੇ ਭਰਜਾਈ ਜਾਣੀ ਕਿ ਇਹਦੇ ਮੰਮੀ ਡੈਡੀ ਦੋਵੇਂ ਰੱਬ ਨੂੰ ਪਿਆਰੇ ਹੋ ਗਏ। ਉਸ ਤੋਂ ਬਾਅਦ ਮੈਂ ਹੀ ਇਹਦਾ ਮਾਂ ਹੈ, ਮੈਂ ਹੀ ਇਹਦਾ ਪਿਓ ਹੈ। ਇਹਦੇ ਪਾਲਣ ਪੋਸ਼ਣ ਵਿੱਚ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਵਿਆਹ ਦੀ ਉਮਰ ਕਦੋਂ ਲੰਘ ਗਈ ਮੇਰੀ। ਚਾਚਾ ਹੁਣ ਤੇਰੀ ਤਾਂ ਉਮਰ ਲੰਘ ਗਈ, ਕਿਤੇ ਨਿੰਮੋ ਦੀ ਵੀ ਨਾ ਲੰਘਾ ਦੇ। ਮੈਂ ਕਿਹਾ ਜੀ, ਮੁੰਡੇ ਨੇ ਕਿਹੜੀ ਸਿਆਣੀ ਗੱਲ ਕੀਤੀ ਆ, ਹਨਾ? ਵਿਆਹ ਦੀ ਤਾਂ ਉਮਰ ਲੰਘਣੀ ਨਹੀਂ ਚਾਹੀਦੀ, ਵਿਆਹ ਤਾਂ ਟਾਈਮ ਸਿਰ ਹੀ ਹੋਣਾ ਚਾਹੀਦਾ। ਤੂੰ ਕੱਦੂ ਚ ਕਹਿੰਦੀ ਸੀ, ਹੁਣ ਤਾਂ ਭਿੰਡੀਏ ਲਿਆਤੀ ਤੇਰੇ ਬਾਪੂ ਨੂੰ। ਨਹੀਂ ਤਾਂ ਫਿਰ ਮੇਰੇ ਵਾਂਗੂ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਜੀ। ਦੇਖੋ ਜੀ, ਤੁਸੀਂ ਜ਼ਿਆਦਾ ਚੀ ਚੀ ਨਾ ਕਰੋ, ਨਹੀਂ ਮੇਰਾ ਇੱਥੇ ਜੀ ਲੱਗ ਜਾਣਾ। ਤੁਹਾਡਾ ਤਾਂ ਜੀ ਲੱਗ ਗਿਆ ਜੀ, ਹੁਣ ਨਿੰਮੋ ਦਾ ਜੀ ਲਵਾਉਣ ਵਾਲਾ ਵੀ ਲਿਆਓ ਕੋਈ। ਲਓ ਜੀ, ਗੱਲਾਂ ਗੱਲਾਂ ਚ ਮੈਂ ਚਾਹ ਪਾਣੀ ਪੁੱਛਣਾ ਭੁੱਲ ਗਿਆ। ਚਾਹ ਪਾਣੀ ਦੀ ਕਿਹੜੀ ਗੱਲ ਹੈ ਜੀ, ਛੜੇ ਬੰਦੇ ਸਾਹਮਣੇ ਸੋਹਣੀ ਜਨਾਨੀ ਆ ਜੇ, ਛੜਾ ਬੰਦਾ ਸਾਹ ਲੈਣਾ ਭੁੱਲ ਜੇ। ਹੱਥ ਐ ਕਰ ਲੋ ਜੀ ਮਾਰਨਾ। ਅੱਛਾ ਇੱਧਰ ਮੇਰੇ ਪੈਰੇ। ਕੁੜੀਆਂ ਦਾ ਗਹਿਣਾ ਤਾਂ ਉਹਨਾਂ ਦੀ ਇੱਜ਼ਤ ਆਬਰੂ ਹੁੰਦੀ ਹੈ ਧੀਏ, ਮੈਂ ਤਾਂ ਇਹੀ ਚਾਹੁੰਦਾ ਕਿ ਛੇਤੀ ਤੋਂ ਛੇਤੀ ਤੇਰੇ ਹੱਥ ਪੀਲੇ ਕਰਦਾ। ਇਹ ਦੇਖੀ, ਇਹ ਤੇਰੇ ਬਹੁਤ ਹੀ ਸੋਹਣਾ ਲੱਗੋ। ਸਤਿ ਸ਼੍ਰੀ ਅਕਾਲ ਜੀ। ਚਾਚਾ ਕਿਵੇਂ, ਟੂਮਾਂ ਜੀਆਂ ਖੰਡਾਈ ਬੈਠੇ, ਕਿਤੇ ਗਹਿਣੇ ਤਾਂ ਨਹੀਂ ਧਰਨ ਚੱਲਿਆ? ਓ ਤੇਰੀ ਓ ਪਤੰਦਰਾ, ਜੇ ਸ਼ਕਲ ਚੰਗੀ ਨਹੀਂ ਤਾਂ ਗੱਲ ਤਾਂ ਚੰਗੀ ਕਰਿਆ ਕਰ। ਹਾਂਜੀ, ਐ ਦੱਸਿਓ ਉਹ ਦਿਨ ਤਰੀਕ ਪੱਕੀ ਹੋ ਗਈ ਤੁਹਾਡੀ? ਮੈਂ ਕਿਹਾ ਜੀ, ਤਰੀਕ ਵੀ ਪੱਕੀ ਹੋ ਜੂਗੀ, ਪਹਿਲਾਂ ਜਿਹੜੀਆਂ ਆਪਣੀਆਂ ਸਿਰ ਪਈਆਂ ਜ਼ਿੰਮੇਵਾਰੀਆਂ ਉਹਨਾਂ ਬਾਰੇ ਤਾਂ ਸੋਚੀਏ ਆਪਾਂ। ਕੀ ਮਤਲਬ ਹੈ ਤੁਹਾਡਾ? ਲੈ ਹੁਣ ਮਤਲਬ ਵੀ ਮੈਂ ਸਮਝਾਵਾਂ। ਮੈਂ ਕਿਹਾ ਜੀ, ਕੁੜੀ ਆਪਣੇ ਘਰੇ ਜਵਾਨ ਬੈਠੀ, ਉਹਨੂੰ ਤੋਰਨ ਬਾਰੇ ਸੋਚੋ। ਇਹ ਗੱਲ ਤਾਂ ਮੈਂ ਵੀ ਹਮੇਸ਼ਾ ਸੋਚਦਾ ਰਹਿੰਦਾ ਕਿ ਇਸ ਜ਼ਿੰਮੇਵਾਰੀ ਨੂੰ ਛੇਤੀ ਤੋਂ ਛੇਤੀ ਨਿਭਾਵਾਂ, ਪਰ ਕੋਈ ਚੰਗਾ ਮੁੰਡਾ ਮਿਲੇ ਤਾਂ ਹੈ ਨਾ। ਲੈ ਚੰਗਾ ਮੁੰਡਾ ਤਾਂ ਤੁਹਾਡੇ ਅੱਖਾਂ ਮੂਹਰੇ ਬੈਠਾ, ਸਾਹਮਣੇ ਬੈਠਾ ਤਾਂ ਹੈ, ਦੇਖੋ ਤਾਂ ਸਹੀ। ਕਿਹੜਾ? ਆਹਾ ਲੈ ਦੇਖੋ ਕਿੰਨਾ ਸੁਨੱਖਾ। ਇਹ ਮੁੰਡਾ ਹੈ,
ਇਹ ਤਾਂ ਦੋਜੀ ਹੈ। ਦੋਜੀ ਕਿਹੜਾ ਸਿਮੈਂਟ ਦਾ ਬਣਿਆ ਹੋਇਆ ਜੀ। ਇੱਕ ਗੱਲ ਯਾਦ ਰੱਖਿਓ ਚਾਚਾ ਜੀ, ਥੋੜੀ ਧੀ ਨੂੰ ਜਿੰਨਾ ਮੈਂ ਖੁਸ਼ ਰੱਖ ਸਕਦਾ ਕੋਈ ਨੀ ਰੱਖ ਸਕਦਾ। ਪੂਰੇ ਦੁੱਧ ਮੱਖਣਾਂ ਦੇ ਵਿੱਚ ਖੇਡੂਗੀ। ਹਾਂਜੀ ਡੈਡੀ ਜੀ, ਮੈਂ ਇਹਨਾਂ ਨਾਲ ਬਹੁਤ ਖੁਸ਼ ਰਹੂੰਗੀ। ਲੈ ਜੇ ਜਵਾਕ ਖੁਸ਼ ਨੇ ਆਪਾਂ ਹੋਰ ਕੀ ਲੈਣਾ, ਕਰੋ ਡਬਲ ਖੁਸ਼ੀਆਂ, ਦਿਓ ਹੱਥ ਫੜਾਓ ਇਹਨਾਂ ਨੂੰ। ਲਓ ਲਓ ਪੁੱਤ ਫੜੋ। ਚਲੋ ਮੁਬਾਰਕਾਂ ਜੀ, ਮੈਂ ਤੁਹਾਡੇ ਵਾਸਤੇ ਚਾਹ ਬਣਾਉਂਦਾ। ਡੈਡੀ ਜੀ ਮੇਰੇ ਵਾਸਤੇ ਦੁੱਧ ਚ ਪੱਤੀ ਪਾ ਲਿਆਓ। ਉਹ ਮੂਰਖਾ, ਦੁੱਧ ਚ ਪੱਤੀ ਪਾਈ ਹੈ, ਹੋਰ ਕਿਹੜੀ ਦੁੱਧ ਪੱਤੀ ਪਾਲਦਾ ਹੈ ਤੂੰ। ਮੇਰੀ ਗੱਲ ਸੁਣੋ ਜੀ, ਚਾਹ ਨਾ ਮੈਂ ਬਣਾਉਂਦੀ ਹਾਂ, ਚੁੱਲ੍ਹੇ ਚੌਂਕੇ ਚ ਤਾਂ ਔਰਤਾਂ ਹੀ ਵਧੀਆ ਲੱਗਦੀਆਂ ਚਾਹ ਬਣਾਉਂਦੀਆਂ। ਅੱਜ ਤਾਂ ਤੂੰ ਬਣਾ ਦੇਗੀ, ਪਰ ਤੀਹ ਤੋਰਨ ਤੋਂ ਬਾਅਦ ਸਾਰੀ ਉਮਰ ਹੱਥ ਤਾਂ ਮੈਂ ਹੀ ਲੂਣੇ ਹੈ। ਮੈਂ ਕਿਹਾ ਜੀ ਤੁਸੀਂ ਹੁਕਮ ਤਾਂ ਕਰੋ, ਮੈਂ ਤਾਂ ਸਾਰੀ ਉਮਰ ਚਾਹ ਬਣਾਉਣ ਵਾਸਤੇ ਤਿਆਰ ਹਾਂ। ਬਸ ਚਾਹ ਬਣਾਇਆ ਕਰੇਂਗੀ ਕਿ ਸਾਰਾ ਕੰਮ ਕਰਿਆ ਕਰੇਂਗੀ? ਸਾਰੇ ਕਰ ਦੂੰ।